ਜੇ ਅੱਕ ਦਾ ਟਿੱਡਾ ਅੱਕ ਦਾ ਜੀਵ ਬੜਾ ਨਿਗੂਣੀ ਜੀ ਬੂਟੀ ਆ ਵਿਰਾਨ 'ਚ ਉੱਗਦੀ ਆ ਜੇ ਉਹਦਾ ਕੀੜਾ ਪਰਮਾਤਮਾ ਦੇ ਹੁਕਮ 'ਚ ਰਹਿ ਕੇ ਜੇ ਉਹੀ ਉਹਦੇ ਨਿਯਮ ਨੂੰ ਮੰਨ ਰਿਹਾ ਉਹ ਸਾਡੇ ਨਾਲੋਂ ਚੰਗਾ ਵਾ ਗੁਰਬਾਣੀ ਕਹਿ ਰਹੀ ਆ ਰੂਪ ਸਿੰਘ ਨਹੀਂ ਕਹਿ ਰਿਹਾ ਅਤੇ ਉਸ ਟਿੱਡੇ ਦੇ ਨਿਆਈ ਨਾ ਆਪਾਂ ਬਣੀਏ ਅਸੀਂ ਟਿੱਡੇ ਤੋਂ ਸਰਦਾਰੀ ਜੇ ਕਾਇਮ ਕਰਨੀ ਹੈ ਤਾਂ ਥੋੜ੍ਹਾ ਜਿਹਾ ਅੱਗੇ ਹੋ ਕੇ ਚੱਲੀਏ ਉਹਨਾਂ ਨਿਯਮਾਂ ਨੂੰ ਕੁਦਰਤ ਦੇ ਵਿਧਾਨ ਨੂੰ ਗੁਰਬਾਣੀ ਦੇ ਨਿਯਮਾਂ ਨੂੰ ਮੰਨਣ ਦਾ ਯਤਨ ਕਰੀਏ ਹੁਣ ਨਾਮ ਲੈਣ ਦਾ ਅਧਿਕਾਰੀ ਕੌਣ ਹੈ ਵਿਸ਼ਾ ਜਿਹੜਾ ਸਾਡਾ ਨਾਮ ਅਤੇ ਸਿਮਰਨ ਦਾ ਪਰ ਵਿਸ਼ਾ ਬਹੁਤ ਵਿਸ਼ਾਲ ਆ ਅਧਿਕਾਰੀ ਪਹਿਲਾਂ ਤਾਂ ਇਹ ਸੀ ਵੀ ਅਧਿਕਾਰੀ ਸਾਰੇ ਨਹੀਂ ਸੀ ਹੈਗੇ ਗੁਰਮਤ ਨੇ ਅਧਿਕਾਰ ਸਾਰਿਆਂ ਨੂੰ ਦਿੱਤਾ ਵਾ ਸ਼ੂਦਰ ਨੂੰ ਇਹ ਅਧਿਕਾਰ ਨਹੀਂ ਸੀ ਹੈਗਾ ਇੱਥੋਂ ਤੱਕ ਸੀ ਕਿ ਜੇ ਸ਼ੂਦਰ ਨਾਮ ਲੈਂਦਾ ਪਕੜਿਆ ਜਾਂਦਾ ਸੀ ਤਾਂ ਉਹਦੇ ਕੰਨਾਂ 'ਚ ਸਿੱਕਾ ਢਾਲ ਪਾਉਂਦੇ ਸੀ ਉਹਦੀ ਜੀਭ ਕੱਟ ਦਿੰਦੀ ਸੀ ਪਰ ਗੁਰਬਾਣੀ ਨੇ ਇੱਕ ਵੱਖਰਾ ਇਨਕਲਾਬ ਲਿਆਂਦਾ ਇਹ ਸਿੱਖਾਂ ਵਾਸਤੇ ਨਹੀਂ ਗੱਲਾਂ ਗੁਰਬਾਣੀ ਕੀ ਕਹਿੰਦੀ ਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ ਜਿਹੜੀ ਰਸਨਾ ਭਾਵੇਂ ਉਹ ਹਿੰਦੂ ਦੀ ਆ ਮੁਸਲਮਾਨ ਦੀ ਆ ਈਸਾਈ ਦੀ ਆ ਸਿੱਖ ਦੀ ਆ ਜੇ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੀ ਜੇ ਉਹਦਾ ਅਹਿਸਾਸ ਨਹੀਂ ਕਰਦੀ ਜੇ ਉਹਦੀ ਹੋਂਦ ਨੂੰ ਨਹੀਂ ਮੰਨਦੀ ਉਹ ਜੀਵ ਜਿਹੜੀ ਆ ਛੋਟਾ ਛੋਟਾ ਕਰਕੇ ਕੱਟ ਦੇਣੀ ਚਾਹੀਦੀ ਕਰਨ ਨਾ ਸੁਣੇ ਨਾਦ ਸੇ ਕਰਨ ਮੁੰਦ ਘਾਲੀਏ ਪਹਿਲਾਂ ਹੈਗਾ ਸੀ ਕਿ ਸ਼ੂਦਰ ਜੇ ਨਾਮ ਲੈਂਦਾ ਸ਼ੂਦਰ ਜੇ ਨਾਮ ਜਪਦਾ ਉਹਨੂੰ ਇਹ ਸਜ਼ਾ ਸੀ ਪਰ ਗੁਰਮਤ ਨੇ ਕਿਹਾ ਕਿ ਜਿਹੜਾ ਨਾਮ ਨਹੀਂ ਲੈਂਦਾ ਜਿਹੜਾ ਨਾਮ ਨਹੀਂ ਸੁਣਦਾ ਉਹਨੂੰ ਇਹ ਸਜ਼ਾ ਦੇਣੀ ਚਾਹੀਦੀ ਹੈ ਅਧਿਕਾਰੀ ਸਾਰੇ ਹੀ ਆ ਅਧਿਕਾਰੀ ਸਾਰੇ ਹੀ ਆ ਸਮੁੱਚੀ ਸ੍ਰਿਸ਼ਟੀ ਹਰ ਜੀਵ ਸੰਸਾਰ ਦਾ ਪਰਮਾਤਮਾ ਦਾ ਨਾਮ ਲੈਣ ਦਾ ਅਧਿਕਾਰੀ ਹੈ ਨਾਮ ਕਿੱਥੇ ਜਪਣਾ ਚਾਹੀਦਾ ਕਿੱਦਾਂ ਜਪਣਾ ਚਾਹੀਦਾ ਸਾਡੇ ਬੇਸਿਕ ਸਵਾਲ ਗੁਰਮਤ ਇਹ ਕਹਿੰਦੀ ਆ ਕਿ ਕਿਰਤ ਕਰਨੀ ਚਾਹੀਦੀ ਆ ਪਹਿਲਾਂ ਕਿਰਤ ਪਹਿਲੇ ਪਿਆਰ ਲੱਗਾ ਥਣ ਦੁੱਧ ਬੱਚਾ ਪੈਦਾ ਹੁੰਦਾ ਬੱਚਾ ਪੈਦਾ ਹੋਣ ਤੋਂ ਪਹਿਲਾਂ ਪਰਮਾਤਮਾ ਉਹਦੀ ਖੁਰਾਕ ਪੈਦਾ ਕਰਦਾ ਅਤੇ ਗੁਰਬਾਣੀ ਕਹਿੰਦੀ ਆ ਸੋ ਕਿਰਤ ਕੀਜੈ ਗਰੰਟੀ ਵੇਖੋ ਹੁਣ ਵਿਅਕਤੀ ਦੀ ਗਰੰਟੀ ਨਹੀਂ ਮੰਨਣੀ ਵਿਅਕਤੀ ਕੀ ਕਹਿ ਰਿਹਾ ਗੁਰਬਾਣੀ ਕੀ ਕਹਿ ਰਹੀ ਹੈ ਸੋ ਕਿਰਤ ਕੀਜੈ ਸੋ ਕਿਰਤ ਹੁੰਦਾ ਚੰਗੀ ਕਿਰਤ ਇਮਾਨਦਾਰੀ ਦੀ ਕਿਰਤ ਓਨੈਸਟੀ ਦੀ ਜਿਹੜੀ ਅਰਨਿੰਗ ਆ ਸੋ ਕਿਰਤ ਕੀਜੈ ਹਰ ਨਾਮ ਲੀਜੈ ਹਰੀ ਦਾ ਨਾਮ ਲਏ ਨਰਕ ਮੂਲ ਨਾ ਜਾਈਏ ਨਰਕ ਨਹੀਂ ਜਾਓਗੇ ਤੁਹਾਨੂੰ ਕਸ਼ਟ ਨਹੀਂ ਝੱਲਣੇ ਪੈਣਗੇ ਤੁਹਾਡੇ ਜੀਵਨ ਦੇ ਵਿੱਚ ਤਕਲੀਫਾਂ ਨਹੀਂ ਆਉਣਗੀਆਂ ਕਦੋਂ ਜਦੋਂ ਤੁਸੀਂ ਨੇਕ ਕਰਮ ਕਰੋਗੇ ਸਾਧ ਨਾਮ ਨਿਰਮਲ ਜਾ ਕੇ ਕਰਮ ਨਿਰਮਲ ਕਰਮ ਅਸੀਂ ਛੱਡ ਦਿੱਤੇ ਆ ਹੁਣ ਨਾਮ ਜਿਹੜਾ ਇਹ ਵਿਹਲਣਾ ਦਾ ਕੰਮ ਨਹੀਂ ਹੈਗਾ ਨਾਮ ਜਪਣਾ ਨਾਮ ਜਪਣਾ ਇਹ ਨਹੀਂ ਹੈਗਾ ਕਿ ਬੰਦਾ ਕਹੇ ਕਿ ਮੈਂ ਤਾਂ ਨਾਮ ਜਪ ਰਿਹਾ ਜੀ ਮੈਨੂੰ ਤਾਂ ਕਿਰਤ ਕਰਨ ਦੀ ਲੋੜ ਨਹੀਂ ਹੈਗੀ ਮੈਨੂੰ ਤਾਂ ਕੋਈ ਡਿਊਟੀ ਕਰਨ ਦੀ ਲੋੜ ਨਹੀਂ ਹੈਗੀ ਮੈਨੂੰ ਕੋਈ ਬਿਜ਼ਨਸ ਕਰਨ ਦੀ ਲੋੜ ਨਹੀਂ ਹੈਗੀ ਨਾਮ ਕੋਈ ਕਿਰਤ ਨਹੀਂ ਹੈਗਾ ਨਾਮ ਕਦੋਂ ਜਪਣਾ ਵਾ ਕਿਰਤ ਵਿਰਤ ਕਰਦਿਆਂ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ ਹੁਣ ਅਵਸਥਾ ਕੀ ਆ ਗਈ ਉਠਤ ਬੈਠਤ ਸੋਵਤ ਜਾਗਤ ਸਾਡਾ ਸਾਰਾ ਹੀ ਸਮਾਂ ਆ ਗਿਆ ਕਵਰ ਕਰਤਾ ਗੁਰਬਾਣੀ 'ਚ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ ਹੁਣ ਹਰ ਵੇਲੇ ਤਾਂ ਨਹੀਂ ਬੰਦਾ ਕਰ ਸਕਦਾ ਵਾਹਿਗੁਰੂ 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 ਤਾਂ ਨਹੀਂ ਕਰ ਸਕਦਾ ਟੀਚਰ ਇੱਕ ਕਲਾਸ ਲੈ ਰਿਹਾ ਪੜ੍ਹਾ ਰਿਹਾ ਅਤੇ ਉਹ ਤਾਂ ਪੜ੍ਹਾ ਰਿਹਾ ਆਪਣਾ ਸਬਜੈਕਟ ਪੜ੍ਹਾ ਰਿਹਾ ਫਿਜਿਕਸ ਪੜ੍ਹਾ ਰਿਹਾ ਕੈਮਿਸਟਰੀ ਪੜ੍ਹਾ ਰਿਹਾ ਮੈਥ ਪੜ੍ਹਾ ਰਿਹਾ ਉਹ ਵਾਹਿਗੁਰੂ ਵਾਹਿਗੁਰੂ ਨਹੀਂ ਕਹਿ ਰਿਹਾ ਇਹਦਾ ਮਤਲਬ ਆਪਾਂ ਕਹਾਂਗੇ ਉਹ ਨਾਮ ਨਹੀਂ ਜਪ ਰਿਹਾ ਜੇ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਿਹਾ ਜੇ ਉਹ ਆਪਣੀ ਡਿਊਟੀ ਧਰਮ ਅਨੁਸਾਰ ਕਰ ਰਿਹਾ ਜੇ ਉਹ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਅਦਾ ਕਰ ਰਿਹਾ ਉਹਦਾ ਪੜ੍ਹਾਉਣਾ ਵੀ ਧਰਮ ਸਟੂਡੈਂਟ ਦਾ ਧਰਮ ਇਹ ਨਹੀਂ ਹੈਗਾ ਕਿ ਸਟੂਡੈਂਟ ਕਹੇ ਕਿ ਮੈਂ ਕਲਾਸ ਨਹੀਂ ਲਾਉਣੀ ਮੈਂ ਤਾਂ ਜਾ ਕੇ ਵਾਹਿਗੁਰੂ ਕਰਨਾ ਇਹ ਵਾਹਿਗੁਰੂ ਨੂੰ ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਖੰਡ ਖੰਡ ਕਹਿਤ ਨਾ ਮੁੱਖ ਕੋ ਸਵਾਦ ਆਵੇ ਖੰਡ ਖੰਡ ਕਿਹਾ ਮੂੰਹ ਮਿੱਠਾ ਨਹੀਂ ਹੋਣਾ ਪਰ ਇਹ ਵੀ ਨਹੀਂ ਹੈਗਾ ਕਿ ਅਸੀਂ ਨਾਮ ਜਪਣਾ ਨਹੀਂ ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ ਨਾਮ ਜਪਣਾ ਪਖੰਡ ਨਹੀਂ ਪਰ ਨਾਮ ਜਪਣ ਦਾ ਪਖੰਡ ਨਹੀਂ ਕਰਨਾ ਚਾਹੀਦਾ ਨਾਮ ਜਪਣਾ ਪਖੰਡ ਨਹੀਂ ਪਰ ਨਾਮ ਜਪਣ ਦਾ ਪਖੰਡ ਨਹੀਂ ਕਰਨਾ ਚਾਹੀਦਾ ਨਾਮ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਉਸ ਪਰਮਾਤਮਾ ਨੂੰ ਯਾਦ ਰੱਖਣਾ ਅਤੇ ਫਿਰ ਜਿਹੜਾ ਜਾਪ ਹੈ ਉਹ ਕਿੱਦਾਂ ਕੀਤਾ ਜਾਵੇ
ਉਹ ਸਾਰੀ ਡਿਟੇਲ ਆਪਾਂ ਡਿਸਕਸ ਫਿਰ ਨਹੀਂ ਕਰ ਸਕਣੀ ਕਿ ਪਹਿਲੀ ਅਵਸਥਾ ਵਾ ਯਾਦ ਕਰਨਾ, ਜਾਪ ਕਰਨਾ, ਜਿਹਨੂੰ ਅਸੀਂ ਜਪਜੀ 'ਚ ਕਹਿੰਦੇ ਹਾਂ ਨਾ ਜਪ, ਪੜ੍ਹਨਾ, ਵਿਚਾਰਨਾ। ਜਪਣ ਤੋਂ ਅਗਲੀ ਅਵਸਥਾ, ਜਿੱਦਾਂ ਹੁਣ ਮੈਂ ਬੋਲ ਰਿਹਾ, ਮੈਂ ਵਾਹਿਗੁਰੂ ਕਹਿ ਰਿਹਾ ਅਤੇ ਮੇਰੇ ਮੂੰਹ 'ਚੋਂ ਵਾਹਿਗੁਰੂ ਨਿਕਲਿਆ, ਤੁਸੀਂ ਵੀ ਸੁਣ ਲਿਆ, ਠੀਕ ਆ। ਇਹ ਵਾਹਿਗੁਰੂ ਨਿਕਲਿਆ, ਆਵਾਜ਼ ਨਿਕਲੀ, ਤੁਸੀਂ ਸੁਣ ਲਈ। ਪਰ ਇੱਕ ਅਵਸਥਾ ਮਨੁੱਖ ਦੀ ਉਦੋਂ ਇੱਦਾਂ ਦੀ ਆਉਂਦੀ ਆ ਕਿ ਵਾਹਿਗੁਰੂ ਦੂਜਿਆਂ ਨੂੰ ਸੁਣਾਈ ਨਹੀਂ ਦੇਵੇਗਾ, ਤੁਹਾਨੂੰ ਜ਼ਰੂਰ ਸੁਣਾਈ ਦੇਵੇਗਾ ਜੇ ਤੁਸੀਂ ਲਓਗੇ। ਉਹਨੂੰ ਅਜੱਪਾ ਜਾਪ ਕਿਹਾ ਗਿਆ ਕਿ ਜੀਭ ਦੀ ਮੂਵਮੈਂਟ ਨਹੀਂ ਹੋਣੀ, ਬੁੱਲਾਂ ਦੀ ਮੂਵਮੈਂਟ ਨਹੀਂ ਹੋਣੀ, ਪਰ ਤੁਹਾਡੇ ਅੰਦਰੋਂ ਨਿਰੰਤਰ ਤੁਸੀਂ ਵਾਹਿਗੁਰੂ ਦੇ ਨਾਲ ਉਹ ਜਾਪ ਕਰ ਰਹੇ ਜੋ, ਜਿਹਨੂੰ ਸਾਸ ਗਰਾਸ ਚਿਤਾਰਨ ਦੀ ਗੱਲ ਕਹੀ ਗਈ ਹੈ, ਉਹ ਚਿਤਾਰਨਾ। ਫਿਰ ਜਾਪ ਕਰਦਿਆਂ ਇਹ ਕਹਿਣਾ ਕਿ ਮੈਨੂੰ ਤਾਂ ਹੁਣ ਪ੍ਰਾਪਤੀ ਹੋ ਗਈ, ਉਹ ਗੁਰਬਾਣੀ ਇਹ ਨਹੀਂ ਮੰਨਦੀ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੋ ਤੋ ਕਿਆ ਕਹੀਏ। ਬੱਚੇ ਨੂੰ ਮਾਂ ਦੀ ਮਮਤਾ ਮਿਲਦੀ ਆ, ਪਰ ਬੱਚਾ ਮਾਂ ਦੀ ਮਮਤਾ ਦਾ ਅਹਿਸਾਸ ਲੋਕਾਂ ਨਾਲ ਜ਼ਾਹਰ ਨਹੀਂ ਕਰ ਸਕਦਾ। ਗੂੰਗੇ ਨੂੰ ਮਠਿਆਈ ਦੇ ਦਿਓ, ਗੂੰਗਾ ਦਾ ਸਵਾਦ ਨਹੀਂ ਦੱਸ ਸਕਦਾ। ਜਿਹੜਾ ਨਾਮ ਨਾਲ ਜੁੜ ਗਿਆ, ਪਰਮਾਤਮਾ ਨਾਲ ਜੁੜ ਗਿਆ, ਅਨੁਭਵ ਹੋਏਗਾ, ਪਰ ਅਨੁਭਵ ਨੂੰ ਬਿਆਨ ਨਹੀਂ ਕਰ ਸਕਦਾ। ਉਹਨੂੰ ਬਿਆਨ ਕਿੱਦਾਂ ਕੀਤਾ ਗਿਆ? ਉਹ ਗੁਰੂ ਸਾਹਿਬਾਨ ਨੇ ਬਾਣੀ 'ਚ ਕੀਤਾ, ਉਹ ਗੁਰਬਾਣੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਹੁਣ ਗੁਰਬਾਣੀ ਇਹ ਕਹਿੰਦੀ ਆ ਕਿ ਨਾਮ ਜਪਣਾ ਪਰਮਾਤਮਾ ਦਾ ਜਿਹੜਾ ਸਰਬ ਵਿਆਪਕ ਆ, ਹਰ ਥਾਂ 'ਤੇ ਆ, ਅਤੇ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਨਾਮ ਬਹੁਤ ਦਿੱਤੇ ਗਏ ਪਰਮਾਤਮਾ ਨੂੰ, ਸਤ ਨਾਮ ਹੋਂਦ ਵਾਲਾ ਨਾਂ ਤੇਰਾ ਜਿਹੜਾ ਉਹ ਸਦੀਵੀ ਆ। ਸਤ ਨਾਮ ਗੁਰਮਤ ਦੇ ਵਿੱਚ ਪੜ੍ਹਿਆ ਵੀ ਜਾਂਦਾ, ਫਿਰ ਇੱਕ ਗੁਰਮਤ ਦੇ ਵਿੱਚ ਨਾਂ ਦ੍ਰਿੜ ਕਰਾਇਆ ਜਾਂਦਾ, ਉਹ ਆ ਗੁਰਮੰਤਰ ਵਾਹਿਗੁਰੂ। ਵਾਹਿਗੁਰੂ ਗੁਰਮੰਤਰ ਹੈ, ਪੜ੍ਹ ਹੋਮੇ ਖੋਈ। ਉਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਮਨੁੱਖ ਦੀ ਹੋਮੇ ਖਤਮ ਹੋ ਜਾਂਦੀ ਆ, ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਆਪਾਂ ਗੱਲ ਕਰ ਲਈ ਕਿ ਪਰਮਾਤਮਾ ਨੇ ਸ੍ਰਿਸ਼ਟੀ ਰਚਨਾ ਕੀਤੀ, ਪਰਮਾਤਮਾ ਨੇ ਨਾਂ ਪੈਦਾ ਕੀਤਾ, ਇਹਦਾ ਮਤਲਬ ਪਰਮਾਤਮਾ ਸਵਾਰਥੀ ਆ ਕਿ ਜੇ ਅਸੀਂ ਉਹਦਾ ਨਾਂ ਲਾਂਗੇ ਤਾਂ ਖੁਸ਼ ਹੋਏਗਾ? ਨਹੀਂ, ਗੁਰਬਾਣੀ ਕਹਿੰਦੀ ਆ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਹੋ। ਮਾਂ ਪਿਓ ਬੜਾ ਖੁਸ਼ ਹੁੰਦਾ ਜਦੋਂ ਉਹਨਾਂ ਦਾ ਬੱਚਾ ਕੋਈ ਪ੍ਰਾਪਤੀ ਕਰਕੇ ਆਉਂਦਾ। ਪਰਮਾਤਮਾ ਵੀ ਸਾਡਾ ਮਾਂ ਪਿਓ ਆ, ਅਤੇ ਜਦੋਂ ਅਸੀਂ ਉਹਦੇ ਅਨੁਸਾਰ ਹੀ ਜੀਵਨ ਗੁਜ਼ਾਰਦੇ ਹਾਂ, ਉਹਦੀ ਹੋਂਦ ਨੂੰ ਮੰਨਦੇ ਹਾਂ, ਸਰਵ ਵਿਆਪਕ ਮੰਨਦੇ ਹਾਂ, ਉਹਦੇ ਨਾਂ ਨਾਲ ਜੁੜਦੇ ਹਾਂ, ਕਿਸੇ ਰੂਪ 'ਚ ਜੁੜਦੇ ਹਾਂ, ਅਤੇ ਫਿਰ ਉਹ ਖੁਸ਼ ਹੁੰਦਾ। ਕਰ ਆਸਣ ਡਿੱਠੋ ਚਾਹੋ, ਸ੍ਰਿਸ਼ਟੀ ਦੀ ਰਚਨਾ ਕਰਕੇ, ਖੰਡ ਬ੍ਰਹਿਮੰਡਾਂ ਦੀ ਰਚਨਾ ਕਰਕੇ ਪਰਮਾਤਮਾ ਆਪਣੇ ਆਪ 'ਚ ਇਸ ਸ੍ਰਿਸ਼ਟੀ ਦੇ ਵਿੱਚ ਵਿਸਮਾਦਮਈ ਅਵਸਥਾ ਦੇ ਵਿੱਚ ਵਿਚਰ ਰਿਹਾ। ਨਾਮ ਜਪਣ ਦਾ ਲਾਭ ਕੀ ਆ? ਇਹ ਫਿਰ ਸਿੰਪਲ ਜਿਹੀ ਉਦਾਹਰਨਾਂ ਦੇ ਨਾਲ, ਇਹ ਜਾਪ ਕਰਨ ਦੇ ਨਾਲ ਸਾਡੀ ਜੀਵਨ ਜਾਂਚ ਬਦਲ ਜਾਂਦੀ ਹੈ। ਜੀਵਨ ਜਾਂਚ ਕਿਵੇਂ ਬਦਲੇਗੀ ਜੀ? ਵੀ ਜਿਹੜਾ ਨਾਮ ਜਪੇਗਾ ਉਹ ਸਵੇਰੇ ਟਾਈਮ ਨਾਲ ਉੱਠੇਗਾ, ਜਿਹੜਾ ਸਵੇਰੇ ਟਾਈਮ ਨਾਲ ਉੱਠੇਗਾ ਉਹ ਸਮੇਂ ਸਿਰ ਇਸ਼ਨਾਨ ਕਰ ਲਏਗਾ, ਸਮੇਂ ਸਿਰ ਆਪਣਾ ਕੰਮ ਕਰ ਲਏਗਾ, ਰਸੋਈ ਦਾ ਕੰਮ ਕਰ ਲਏ, ਜਨਾਨੀ ਆ ਬੰਦਾ ਵਾ ਘਰ ਦਾ ਵਾ, ਉਹ ਦਫ਼ਤਰ ਟਾਈਮ ਸਿਰ ਜਾਏਗਾ, ਹਰ ਕੰਮ ਉਹਦਾ ਟਾਈਮ ਸਿਰ ਹੋ ਜਾਏਗਾ। ਪਰ ਕਦੋਂ? ਜਦੋਂ ਉਹ ਕੁਦਰਤ ਦੇ ਵਿਧਾਨ ਦੇ ਵਿੱਚ ਆ ਜਾਏਗਾ। ਗੁਰਬਾਣੀ ਇਹ ਵੀ ਕਹਿੰਦੀ ਆ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਅਸੀਂ ਅਸਲ 'ਚ ਧਾਰਨੀ ਆ ਬਾਹਰ ਮੁਖੀ ਬਿਰਤੀ ਦੇ, ਹਰ ਚੀਜ਼ ਨੂੰ ਦੇਖ ਕੇ ਅਸੀਂ ਉਹਦੇ ਲਾਭ ਦੇ ਨਾਲ ਜੁੜਦੇ ਹਾਂ। ਜਿਹੜੀ ਕੋਈ ਵੱਡੀ ਪ੍ਰਾਪਤੀ ਹੁੰਦੀ ਆ ਉਹਦੇ ਪਿੱਛੇ ਵੱਡੀ ਘਾਲਣਾ ਘਾਲਣੀ ਪੈਂਦੀ ਹੈ। ਐਵੇਂ ਪ੍ਰਾਪਤੀ ਨਹੀਂ ਹੋ ਜਾਂਦੀ, ਐਵੇਂ ਮੈਂ ਦਾਅਵਾ ਕਰਦਿਆਂ ਕਿ ਮੈਨੂੰ ਨਾਮ ਦੀ ਪ੍ਰਾਪਤੀ ਹੋ ਗਈ ਆ, ਜਾਂ ਮੈਂ ਕਹਿ ਦਿਆਂ ਕਿ ਇਸ ਬੰਦੇ ਨੂੰ ਮਿਲ ਲਓ ਉਹ ਤੁਹਾਨੂੰ ਨਾਮ ਦੀ ਪ੍ਰਾਪਤੀ ਕਰਾ ਦੇਗਾ, ਇਹ ਥੋਥੇ ਵਾਅਦੇ ਹੁੰਦੇ ਆ। ਨਾਮ ਦੀ ਪ੍ਰਾਪਤੀ ਲਈ ਤੁਹਾਨੂੰ ਮਿਹਨਤ ਆਪ ਹੀ ਕਰਨੀ ਪੈਣੀ। 400 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇ ਅਤੇ ਜਿਹੜਾ ਵੀਲ ਆ ਨਾ, ਵੀਲ ਉਹਦਾ ਧਰਤੀ 'ਤੇ ਇੰਚ ਵੀ ਭਾਗ ਨਹੀਂ ਲੱਗਦਾ, ਉਹਨੂੰ ਕਿੰਨੀ ਵਾਰ ਰੋਟੇਟ ਕਰਨਾ ਪਏਗਾ, ਕਿੰਨੀ ਵਾਰ ਘੁੰਮਣਾ ਪਏਗਾ, ਫਿਰ ਉਹ ਘੁੰਮਦਾ 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 ਤੁਸੀਂ
अपने निशाने ते पहुँच सकते हो। पर ये फिर जड़ा प्रैक्टिस करेगा, जड़ा मेहनत करेगा, जड़ा समय से उठेगा, वो ही परमात्मा दे नाम नाल जुड़ सकेगा। नाम देण दे अधिकारी, एक तां किसी नाम लैण दे अधिकारी, गुरमत दे विच मन्निया गया, गुरबाणी दे विच मन्निया गया कि नाम देण दा अधिकारी व्यक्ति नहीं हो सकता। नाम देण दा अधिकारी, हुण नाम देण दा अर्थ ये आ कि सर्व शक्तिमान परमात्मा नू अगे किसी नू भेट कर देना। जड़ा आप सर्व शक्तिमान आ, जिहदे नाल मनुख जुड़िया वा, उहदे नाल तुसीं जुड़ के पावर उस नाल जुड़ के ते तुसीं लाभ प्राप्त कर सकदे हो। कई वार कॉल करनी होए ना मोबाइल तो कनैक्शन भी हुंदा, वेवलैंथ भी हुंदी आ, तुहाडे पैसे भी हुंदे आ, पर फोन मिलदा नहीं। तुहानूं बार बार डायल करना पैंदा, बार बार डायल करना पैंदा। ते परमात्मा नूं भी इदां ही तुसीं जदों जपदे हो ना, पता नहीं किहड़े कण किहड़े इक वेले किते इक वेले भी नाम दे नाल जुड़ गए ते साडे जीवन दा पार उतारा हो जाएगा, ये गुरबाणी गरंटी दिंदी है। इहदे नाल इक नाल शब्द नाम दे नाल सिमरन आया, नाम सिमरन। सिमरन शब्द जिहड़ा है गुरबाणी च ज़्यादा बार गुरु अर्जन देव जी महाराज ने वरत्या, गुरु नानक साहब ने केवल एक बार इस शब्द की वरतों की है, बाबा कबीर जी ने चार पांच बार वरतों की है। सिमरन करन दा अर्थ है याद करना, सिमरन याद करना। याद वो नहीं भी असी किसी नूं संसारक तौर पर याद करना, प्यार दे विच याद करना, प्यार दे विच। ते प्यार दे विच जदों याद करते हैं ना, असी आम करके घरां च परिवारां च रिश्तेदारियों च कह दिंदे आ, कोई बंदा मिलन आ गया, असी कहिंदे मैं तैनूं याद ही कर रहा सी, की होया कि तुहाडी ते उस मनुख की वेवलैंथ मिल गई, तुहाडी उस नाल वेवलैंथ मिल गई, तुसीं भी याद कर रहे सी, वह भी याद कर रहा सी, वह आ गया। तुसीं परमात्मा नूं जदों इदां याद करोगे, वह हर थां ते क्योंकि है तो दूर नहीं हैगा, नेरू हूँ तो नेरे आ, वह है बहुत नेड़े साडे पर दिखाई नहीं दे रहा। उहनूं याद करन दे लई सानूं सिमरन की विधि जिहड़ी आ उह गुरमत च दित्ती गई है। जिते गुरबाणी च इह कहा गया ना नाम जपना चाहीदा, उत्थे नाल इह वी कहा गया कि बिन नाम जो पैरे खाए। हुण मेरी मेरी गल दा तां तुसीं गुस्सा कर लोगे कि जे परमात्मा नूं असीं याद नहीं करदे, याद कितना करना, उहदा शुकर करना। असीं माँ प्यो का धन्नवाद करदे हां ना, टीचर का धन्नवाद करदे हां, इदां ही परमात्मा का असीं शुकर करना जिन्हें सानूं सब कुछ दिता। वह शुकर करना की है, उहदा सिमरन करना। तो सिमरन करन दे लई भी फिर यह नहीं हैगा कोई वेला वक्त तुहानूं विचारना पऊगा। बिन नाम जो पैरे खाए ज्यों कूकर जूठन मैं पाए, जिदा कुत्ता जूठ दे विच मूँह मारदा, साडी अवस्था इदां दी हो जाएगी जे असीं परमात्मा नूं भुल जावांगे। तो सिमरन जिहड़ा वा ना, बिन सिमरन जिहड़ा जीवन आ उह अधूरा वा। सिमरन याद आ, गुरबाणी च एक पंक्ति आउंदी आ, सिमरत वेद पुराण पकारन पोथियां, नाम बिना सब कूड गाली होशियां। नाम तो बिना कोई चीज़ की होंद हो ही नहीं सकती। फिर नाम सिमरन कदों किया जाए, किहड़ा वेला किहड़ा वक्त आ, वेला वक्त विचारीए कित वेले भगत होए। गुरबाणी च बहुत सारे हवेले सानू ये मिलणगे। गुरबाणी च एक पंक्ति बड़ी प्यारी आउंदी आ, हुण वत्ते हर नाम ना बीजियो, हुण वत्ते हर नाम ना बीजियो, अगे भुखा क्या खाए। भी जे समय सिर काम ना कीता तेरा नुकसान होएगा, तेरा भविख जिहड़ा वा तेरा आने वाला समा विगड़ जाएगा, तू भुखा मरेगा। जे तू हुण नहीं मेहनत करेगा तो आने वाले समय तैनूं धक्के पैणगे ही पैणगे, तेरा एग्जाम चो फेल होएगा ही होएगा जे तू समय सिर पढ़ेगा नहीं, समय सिर काम नहीं करेगा। बिन सिमरन कूकर हरकाया, ये हुण गुरु अर्जन देव जी महाराज कह रहे ने। पहली पंक्ति गुरु नानक साहब की सी, साकत लोभी बंद ना पाया, बिन सिमरन
ਕੂਕਰ ਹਰਕਾਇਆ। ਹਲਕੇ ਕੁੱਤੇ ਵਾਂਗ ਮਨੁੱਖ ਹੋ ਜਾਂਦਾ ਜੇ ਪਰਮਾਤਮਾ ਦੀ ਜਾਤ ਦੇ ਨਾਲ ਨਹੀਂ ਜੁੜਦਾ। ਅਤੇ ਉਹਦੇ ਨਾਲ ਜੁੜਨ ਦੇ ਲਈ ਸਾਨੂੰ ਸੰਸਾਰਕ ਰੂਪ ਦੇ ਵਿੱਚ ਜੁੜ ਕੇ ਅਤੇ ਅਸੀਂ ਪਾਵਰ ਹਾਊਸ ਦੇ ਨਾਲ ਜੁੜ ਜਾਂਦੇ ਹਾਂ। ਫਿਰ ਗੁਰਬਾਣੀ 'ਚ ਪੰਕਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਸਿਮਰਨ ਦੇ ਸਮੇਂ ਬਾਰੇ, ਉੱਠਤ ਬੈਠਤ ਸਾਸ ਗਰਾਸ, ਉੱਠਦੇ ਹਾਂ ਬੈਠਦੇ ਹਾਂ ਸਾਸ ਸਾਹ ਲੈਂਦੇ ਹਾਂ ਗਰਾਸ ਗਰਾਈ, ਜਾਗ ਸੋਏ ਸਿਮਰਨ ਰਸ ਭੋਗ, ਜਾਗਦੇ ਹਾਂ ਸੁੱਤਿਆਂ, ਹੁਣ ਸੁੱਤਿਆਂ ਵੀ ਸਿਮਰਨ ਹੋ ਸਕਦਾ। ਮਤਲਬ ਗੁਰਬਾਣੀ ਕਹਿ ਰਹੀ ਆ ਵੀ ਉੱਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਸੂਖ ਦੁੱਖ ਇਸ ਮਨ ਕੀ ਬਿਰਥਾ ਤੁਝੀ ਆਗੇ ਸਾਰੇ। ਸੁੱਤਿਆਂ ਵੀ ਸਿਮਰਨ ਹੋਏਗਾ, ਹੋਏਗਾ ਸੁੱਤਿਆਂ ਵੀ ਸਿਮਰਨ ਹੋਏਗਾ। ਭਗਤ ਕਬੀਰ ਜੀ ਕਹਿੰਦੇ ਆ ਨਾ ਕਿ ਜੇ ਮਨੁੱਖ ਦੇ ਸੁਪਨੇ ਦੇ ਵਿੱਚ ਵੀ ਬੜਾ ਕੇ ਮੂੰਹ ਦੇ ਵਿੱਚੋਂ ਰਾਮ ਨਿਕਲੇ ਤਾਂ ਮੇਰਾ ਸਰੀਰ ਉਹਦੀ ਜੁੱਤੀ ਬਣਨ ਲਈ ਤਿਆਰ ਆ। ਕਿਆ ਕਿਹਦੇ? ਜਿਹਦੇ ਮੂੰਹ 'ਚੋਂ ਸੁਪਨੇ 'ਚ ਵੀ। ਪਰ ਸੁਪਨੇ ਸਾਨੂੰ ਕਿੱਦਾਂ ਦੇ ਆਉਂਦੇ ਆ? ਜਿੱਦਾਂ ਦਾ ਅਸੀਂ ਵਿਚਰਦੇ ਹਾਂ, ਜੋ ਕੁਛ ਅਸੀਂ ਖਾਂਦੇ ਹਾਂ ਪੀਂਦੇ ਹਾਂ, ਜਿੱਦਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਸਾਨੂੰ ਸੁਪਨੇ ਵੀ ਉੱਦਾਂ ਦੇ ਹੀ ਆਉਣਗੇ। ਜੇ ਅਸੀਂ ਸਿਮਰਨ ਦੀ ਗੱਲ ਕਰਾਂਗੇ, ਨਾਮ ਦੀ ਗੱਲ ਕਰਾਂਗੇ, ਬਾਣੀ ਦੀ ਗੱਲ ਕਰਾਂਗੇ, ਭਗਵਾਨ ਦੇ ਨਾਂ ਦੀ ਗੱਲ ਕਰਾਂਗੇ, ਤਾਂ ਸਾਡੇ ਸੁਪਨੇ ਵੀ ਉੱਦਾਂ ਦੇ ਹੋ ਜਾਣਗੇ। ਫਿਰ ਗੁਰਬਾਣੀ ਕਹਿੰਦੀ ਆ ਕਿ ਨਾਮ ਦੇ ਜਪਣ ਲਈ ਸਿਮਰਨ ਕਰਨ ਲਈ ਕਿਹੜਾ ਸਮਾਂ ਚੰਗਾ ਵਾ, ਕਿਹੜਾ ਸਮਾਂ? ਉਹ ਗੁਰਬਾਣੀ ਦਾ ਫੈਸਲਾ, ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਮਾਂ, ਹਰ ਸਿਮਰਨ ਬਹੁ ਮਾਏ ਅਕੇਲਾ। ਸਿਮਰਨ ਇੱਕ ਵਿਚਾਰ ਆ, ਸਿਮਰਨ ਇੱਕ ਯਾਦ ਆ, ਸਿਮਰਨ ਕੀ ਆ? ਇੱਕ ਯਾਦ ਆ। ਇੱਕ ਗੁਰਬਾਣੀ ਦੀ ਪੰਕਤੀ ਆਮ ਕਰਕੇ ਸਿੱਖ ਸਵੇਰੇ ਸ਼ਾਮ ਜਿਹੜੇ ਨਿਤਨੇਮ ਕਰਨ ਵਾਲੇ ਉਹ ਪੜ੍ਹਦੇ ਆ, ਉਡੈ ਊਡ ਆਵੈ ਸੈ ਕੋਸਾਂ ਅਤੇ ਸਪਾਛੇ ਬਚਰੇ ਸਰਿਆ, ਤਿੰਨ ਕਵਣ ਖਿਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ। ਕਿ ਹਜ਼ਾਰਾਂ ਮੀਲਾਂ ਤੋਂ ਕੂੰਜਾਂ ਆ ਗਈਆਂ ਅਤੇ ਉਹਨਾਂ ਨੂੰ ਕੌਣ ਖਵਾ ਰਿਹਾ, ਕੌਣ ਪਿਆ ਰਿਹਾ? ਤੂੰ ਕਦੇ ਵਿਚਾਰਿਆ, ਕਦੇ ਸਿਮਰਨ ਕੀਤਾ ਇਸ ਗੱਲ ਦਾ? ਤੁਸੀਂ ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਹਜ਼ਾਰਾਂ ਮੀਲ ਦੂਰ ਜਾਣ ਦੀ ਲੋੜ ਨਹੀਂ। ਤੁਸੀਂ ਕਦੇ ਘਰ ਦੇ ਵਿੱਚ ਛੋਟਾ ਬੱਚਾ ਹੋਵੇ ਅਤੇ ਉਹਦੀ ਮਾਂ ਨੂੰ ਦੇਖੋ, ਬੱਚਾ ਸੁੱਤਾ ਵਾ ਅਤੇ ਮਾਂ ਪਤਾ ਕੀ ਕਹਿੰਦੀ ਆ, ਬੱਚਾ ਆਰਾਮ ਨਾਲ ਸੁੱਤਾ, ਮਾਂ ਕਹਿੰਦੀ ਮੇਰੇ ਪੁੱਤ ਨੂੰ ਭੁੱਖ ਲੱਗ ਗਈ। ਮਾਂ ਕੀ ਕਹਿੰਦੀ ਆ? ਮੇਰੇ ਪੁੱਤ ਨੂੰ ਭੁੱਖ ਲੱਗ ਗਈ ਹੈ, ਮੇਰੀ ਬੱਚੀ ਨੂੰ, ਮੇਰੀ ਧੀ ਨੂੰ ਭੁੱਖ ਲੱਗ ਗਈ ਹੈ, ਸੁੱਤੀ ਪਈ ਨੂੰ। ਉਹ ਕੌਣ ਚਿਤਾਰ ਰਿਹਾ, ਕੌਣ ਚੇਤਾ ਕਰਾ ਰਿਹਾ, ਉਹ ਸਿਮਰਨ ਕੌਣ ਕਰਾ ਰਿਹਾ? ਉਹ ਅੰਦਰੋਂ ਆ ਰਹੀ ਆਵਾਜ਼, ਮਾਂ ਦੀ ਮਮਤਾ। ਇਸੇ ਤਰ੍ਹਾਂ ਹੀ ਪਰਮਾਤਮਾ ਦੀ ਮਮਤਾ, ਜੇ ਤੁਸੀਂ ਪਰਮਾਤਮਾ ਦਾ ਸਿਮਰਨ ਕਰੋਗੇ, ਪਰਮਾਤਮਾ ਦੇ ਨਾਲ ਜੁੜੋਗੇ, ਤਾਂ ਫਿਰ ਅਵਸਥਾ ਇਹ ਵੀ ਆ ਜਾਂਦੀ ਆ ਕਿ ਭਗਤ ਜੀ ਕਹਿੰਦੇ ਆ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਫਿਰ ਵੇਖੋ ਵਿਸ਼ਵਾਸ, ਦ੍ਰਿੜ ਵਿਸ਼ਵਾਸ, ਵਿਲ ਪਾਵਰ ਵੇਖੋ ਭਗਤਾਂ ਦੀ। ਅੱਜ ਅਸੀਂ ਭਗਤਾਂ ਦੇ ਨਾਂ 'ਤੇ ਵੀ ਵੰਡੀਆਂ ਪਾ ਰਹੇ ਹਾਂ ਕਿ ਇਹ ਭਗਤ ਇਸ ਧਰਮ ਦਾ, ਇਹ ਭਗਤ ਇਸ ਧਰਮ ਦਾ, ਇਹ ਭਗਤ ਇਸ ਜਾਤ ਦਾ, ਇਹ ਭਗਤ ਇਸ ਖੇਤਰ ਦਾ। ਭਗਤ ਕੀ ਕਹਿ ਰਿਹਾ? ਤੋਹੀ ਮੋਹੀ, ਮੋਹੀ ਤੋਹੀ ਕੈਸਾ, ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਫਿਰ ਭਗਤ ਨਾਮਦੇਵ ਨੂੰ ਪੁੱਛੋ, ਉਹ ਕਹਿੰਦੇ ਆ ਇਹ ਅਨੰਤਾ, ਅਗਰ ਮੈਂ ਪਾਪ ਨਾ ਕਰਦਾ ਤਾਂ ਤੈਨੂੰ ਪਤਿਤ ਪਾਵਨ ਕਿਹਨੇ ਕਹਿਣਾ ਸੀ? ਪਤਿਤ ਪਾਵਨ ਤੂੰ ਤਾਂ ਬਣਿਆ, ਪਰਮਾਤਮਾ ਸਰਬ ਦਿਆਲੂ ਤਾਂ ਬਣਿਆ, ਜੇ ਮੇਰੀ ਲੋੜ ਸੀ, ਜੇ ਮੇਰੀ ਮੰਗ ਸੀ। ਅਤੇ ਉਸ ਪਰਮਾਤਮਾ ਨੂੰ ਯਾਦ ਕਰਨ ਦੇ ਲਈ, ਚਿਤਾਰਨ ਦੇ ਲਈ ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਆ ਕਿ ਬੜੀ ਸਿੰਪਲ ਜੀ ਉਦਾਹਰਨ ਭਗਤ ਨਾਮਦੇਵ ਜੀ ਨੇ ਦਿੱਤੀ ਆ, ਆਨੀ ਲੈ ਕਾਗਜ਼, ਕਾਟੀ ਲੈ ਗੁੱਡੀ। ਕਾਗਜ਼ ਲਿਆਂਦਾ ਮੁੰਡੇ ਨੇ, ਗੁੱਡੀ ਬਣਾਈ, ਪਤੰਗ ਜਿਹਨੂੰ ਕਹਿੰਦੇ ਆ। ਆਨੀ ਲੈ ਕਾਗਜ਼, ਕਾਟੀ ਲੈ ਗੁੱਡੀ, ਸਮਾਨ ਮਧੇ ਭਰਮਾਈ ਲੈ, ਪੰਜ ਜਣਾ ਸੋ ਬਾਤ ਬਤਾਊਆ, ਚੀਤ ਸੋ ਡੋਰੀ ਰਾਖੀ ਲੈ। ਚਿੱਤ ਡੋਰੀ 'ਚ ਉਹਦਾ, ਗੱਲਾਂ ਬਾਤਾਂ ਆਪਣੇ ਸੱਜਣ ਸੁਨੇਹੀਆਂ ਨਾਲ ਕਰ ਰਿਹਾ ਪਰ ਚਿੱਤ ਭਗਵਾਨ ਦੇ ਵਿੱਚ ਆ।
ਮਾਂ ਕੰਮ ਰਸੋਈ 'ਚ ਕਰ ਰਹੀ ਆ ਪਰ ਉਹਦਾ ਚਿੱਤ ਜਿਹੜਾ ਉਹ ਬੱਚੇ ਦੇ ਵਿੱਚ ਆ। ਭਗਤ ਜਿਹੜਾ ਵਾ, ਜਿਹੜਾ ਸਿੱਖ ਆ, ਜਿਹੜਾ ਸਿਮਰਨ ਕਰਨ ਵਾਲਾ ਵਾ, ਉਹ ਕੰਮ ਦਫ਼ਤਰੀ ਡਿਊਟੀ ਕਰ ਰਿਹਾ ਪਰ ਉਹਨੂੰ ਉੱਥੇ ਵੀ ਪਰਮਾਤਮਾ ਭੁੱਲਦਾ ਨਹੀਂ ਹੈ। ਉਹ ਠੇਕੇ 'ਤੇ ਵੀ ਜਾਊਗਾ ਅਤੇ ਠੇਕੇ 'ਤੇ ਵੀ ਚੇਤਾ ਕਰਾ ਦੂਗਾ ਪਰਮਾਤਮਾ, ਕਿਉਂਕਿ ਉਹਦੀ ਡਿਊਟੀ ਆ, ਪਰਮਾਤਮਾ ਦੀ ਡਿਊਟੀ, ਸਾਡੀ ਤਾਂ ਡਿਊਟੀ ਨਹੀਂ ਹੈਗੀ। ਉਹ ਚੇਤਾ ਕਰਾ ਦੇਗਾ ਵੀ ਤੇਰਾ ਇਹ ਥਾਂ ਨਹੀਂ ਹੈਗਾ, ਪਰ ਅਸੀਂ ਕਹਾਂਗੇ ਨਹੀਂ ਕੋਈ ਨਹੀਂ ਦੇਖਦਾ ਹੁਣ ਇੱਥੇ। ਗੁਰਬਾਣੀ ਇਹ ਵੀ ਕਹਿੰਦੀ ਆ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ 'ਤੇ ਕਹਾਂ ਛੁਪਾਵਾ। ਅਸੀਂ ਛੁਪ ਨਹੀਂ ਸਕਦੇ, ਸਾਡਾ ਸਾਰਾ ਕੁਝ ਅੱਜ ਹੁਣ ਆ ਗਿਆ ਨਾ, ਕੈਮਰੇ ਲੱਗ ਗਏ, CCTV ਕੈਮਰੇ ਲੱਗ ਗਏ ਆ। ਪਰਮਾਤਮਾ ਨੇ CCTV ਕੈਮਰੇ ਸਾਡੇ ਰੋਮ ਰੋਮ ਚਲਾਏ ਹੈਗੇ, ਰੋਮ ਰੋਮ ਚਲਾਏ ਆ। CCTV ਕੈਮਰੇ ਤੋਂ ਅਸੀਂ ਘਬਰਾਉਂਦੇ ਹਾਂ ਨਾ ਹੁਣ, ਵੀ ਸਾਡੀਆਂ ਹਰਕਤਾਂ, ਦਫ਼ਤਰ ਦੇ ਵਿੱਚ ਬੈਠੇ ਹਾਂ, ਨੋਟ ਕਰ ਰਿਹਾ ਕੋਈ, ਸਾਡਾ ਬੌਸ ਨੋਟ ਕਰ ਰਿਹਾ, ਸਾਨੂੰ ਸਮੇਂ ਸਿਰ ਜਾਣਾ ਚਾਹੀਦਾ। ਪਰ ਉਹਨੇ ਜਿਹੜੇ CCTV ਕੈਮਰੇ ਲਾਏ ਆ ਨਾ, ਉਹਨਾਂ ਨੂੰ ਕਿਸੇ ਬਿਜਲੀ ਦੀ ਕਨੈਕਸ਼ਨ ਦੀ ਲੋੜ ਨਹੀਂ ਹੈਗੀ, ਉਹ ਹਰ ਵੇਲੇ ਵਾਚ ਕਰ ਰਿਹਾ, ਹਰ ਵੇਲੇ, ਸੁੱਤਿਆਂ ਵੀ, ਉੱਠਦਿਆਂ ਵੀ, ਬੈਠਦਿਆਂ ਵੀ, ਚੱਲਦਿਆਂ ਵੀ। ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਹੁਣ ਗੁਰਦੁਆਰੇ ਹਾਂ, ਗੁਰਦੁਆਰੇ ਆਏ ਹਾਂ ਜਪਜੀ ਦਾ ਪਾਠ ਕਰ ਲਈਏ, ਗੁਰਦੁਆਰੇ ਆਏ ਹਾਂ ਅਰਦਾਸ ਕਰਾ ਲਈਏ, ਗੁਰਦੁਆਰੇ ਆਏ ਹਾਂ ਮੰਦਰ 'ਚ ਆਏ ਹਾਂ ਪੂਜਾ ਕਰਾ ਲਈਏ, ਬਾਹਰ ਜਾ ਕੇ ਅਸੀਂ ਫਿਰ ਉੱਦਾਂ ਦੇ ਹੋ ਜਾਈਏ। ਇਸ ਧਰਤੀ ਨੂੰ ਧਰਮਸਾਲ ਬਣਾਉਣ ਦੇ ਲਈ ਇਹ ਗੁਰਬਾਣੀ ਦੀ ਰਚਨਾ ਕੀਤੀ ਗਈ। ਕਬੀਰ ਜੀ ਕਹਿੰਦੇ, ਕਬੀਰ ਸੋਈ ਮੁੱਖ ਧਨ ਹੈ, ਜਾਂ ਮੁੱਖ ਕਹੀਏ ਆਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏਗੋ ਗ੍ਰਾਮ। ਇਕੱਲਾ ਸਰੀਰ ਨਹੀਂ ਉਹਦਾ ਪਵਿੱਤਰ ਹੋਏਗਾ, ਆਪ ਜਪੈ ਅਵਰੈ ਨਾਮ ਜਪਾਵੈ। ਇਕੱਲਾ ਕਬੀਰ ਜੀ ਕਹਿੰਦੇ, ਇੱਕ ਬੰਦਾ ਜੇ ਕੋਈ ਰਾਮ ਕਹਿ ਰਿਹਾ ਮਨ ਤੋਂ, ਆਤਮਾ ਤੋਂ, ਤਾਂ ਉਹ ਇਕੱਲਾ ਨਹੀਂ ਸੁਧਰੇਗਾ, ਉਹਦਾ ਪਿੰਡ, ਗ੍ਰਾਮ, ਇਲਾਕਾ ਸਾਰਾ ਤਰ ਜਾਏਗਾ ਜਿਹੜਾ ਨਾਮ ਦੇ ਨਾਲ ਜੁੜ ਜਾਏਗਾ। ਕਿਉਂਕਿ ਚੰਦਨ ਦਾ ਕੰਮ ਆ ਸੁਗੰਧੀ ਦੇਣਾ। ਚੰਦਨ ਜਿਹੜਾ ਆ ਉਹ ਇਹ ਨਹੀਂ ਦੇਖਦਾ ਕਿ ਮੇਰੇ ਲਾਗੇ ਬਾਂਸ ਦਾ ਦਰਖਤ ਆ, ਮੇਰੇ ਲਾਗੇ ਦੂਜਾ ਦਰਖਤ ਆ, ਉਹਨੇ ਸੁਗੰਧੀ ਦੇਣੀ ਆ। ਅਤੇ ਚੰਦਨ ਦੇ ਲਾਗੇ ਜਿਹੜਾ ਵੱਸਣ ਵਾਲਾ ਹੋ ਜਾਏਗਾ ਉਹ ਆਪ ਵੀ ਚੰਦਨ ਹੋ ਜਾਂਦਾ, ਉਹ ਚੰਦਨ ਵਰਗਾ ਹੀ ਹੋ ਜਾਂਦਾ। ਉਹ ਇਹ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਅਸੀਂ ਗੁਰਬਾਣੀ ਦੇ ਨਾਲ ਜੁੜ ਕੇ ਚੰਦਨ ਰੂਪ ਹੋ ਸਕਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਆ, ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਪੰਕਤੀਆਂ, ਬਹੁਤ ਸਾਰੇ ਹਵਾਲੇ ਮਿਲਦੇ ਨੇ। ਮੈਂ ਕੇਵਲ ਅਤੇ ਕੇਵਲ ਆਪ ਜੀ ਨੂੰ ਇੰਨੀ ਕੁ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਖਾਸ ਕਰਕੇ ਜਿਹੜਾ ਸਿੱਖ ਖਵਾਉਣ ਵਾਲਾ ਵਾ, ਜਿਹੜਾ ਆਪਣੇ ਆਪ ਨੂੰ ਧਰਮੀ ਖਵਾਉਣ ਵਾਲਾ ਵਾ, ਉਹ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਜ਼ਰੂਰ ਚੇਤੇ ਰੱਖੇ। ਜਪਜੀ ਦੇ ਵਿੱਚੋਂ ਪੜ੍ਹਦੇ ਹਾਂ, ਕਿਉਂਕਿ ਬਹੁਤ ਹੀ ਮੁਸ਼ਕਲ ਬਾਣੀ ਤੁਹਾਨੂੰ ਨਹੀਂ ਜਿਹੜੀ ਯਾਦ ਹੋ ਸਕਦੀ ਨਾ ਕ, ਪਰ ਬਾਣੀ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਉਹਦੇ ਅਨੁਸਾਰ ਹੀ ਜੀਵਨ ਜਿਉਣਾ ਨਾਮ ਆ, ਉਹਦੇ ਅਨੁਸਾਰ ਜੀਵਨ ਜਿਉਣਾ ਸਿਮਰਨ ਆ। ਅਰਦਾਸ ਦੇ ਵਿੱਚ ਵੀ ਅਸੀਂ ਨਾਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਖੀਰੀ ਪਾਵਨ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਤਾਂ ਉਹ ਕਹਿੰਦੇ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਿਓ ਜਿਸ ਕਾ ਸਭ ਸਧਾਰ। ਨਾਲ ਸ਼ਰਤ ਲਾਤੀ ਹੈ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਸਤਿਗੁਰ ਸਿੱਖੇ ਬੰਧਨ ਕੱਟੈ, ਗੁਰੂ ਸਿੱਖ ਦੇ ਬੰਧਨ ਕੱਟਦਾ ਵਾ, ਆਪਣੇ ਵਿਦਿਆਰਥੀ ਦੇ ਬੰਧਨ ਕੱਟ ਦਿੰਦਾ, ਆਪਣੇ ਚੇਲੇ ਦੇ, ਆਪਣੇ ਡਿਸੀਪਲ ਦੇ ਬੰਧਨ ਕੱਟ ਦਿੰਦਾ, ਪਰ ਕਦੋਂ? ਗੁਰ ਕਾ ਸਿੱਖ ਵਿਕਾਰ ਤੇ ਆ ਗਿਆ। ਗੁਰੂ ਕਹਿੰਦਾ ਕਿ ਕੀ ਕਰ, ਕਿ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਫਿਰ ਕਹਿੰਦੇ ਨੇ, ਇਹ ਵਸਤ ਤਜੀ ਨਾ ਜਾਈ ਨਿੱਤ ਨਿੱਤ ਰੱਖ ਉਰਤਾ, ਹਰ ਰੋਜ਼ ਹਰ ਵੇਲੇ ਇਹਨੂੰ ਹਿਰਦੇ ਵਿੱਚ ਸਮਾ। ਪਰ ਨਿਮਰਤਾ ਇੰਨੀ ਲਿਆ, ਹੁਣ ਤੁਹਾਨੂੰ ਮੈਂ ਇਤਿਹਾਸਿਕ ਤੌਰ 'ਤੇ ਨਹੀਂ ਕਹਿਣਾ, ਜਿੰਨੀ ਕੰਟਰੀਬਿਊਸ਼ਨ ਗੁਰੂ ਅਰਜਨ ਦੇਵ ਜੀ ਦੀ ਆ ਸਾਡੇ ਦੇਸ਼ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨ ਦੇ ਵਿੱਚ ਆ, ਨਾਮ ਦੇ ਸਾਗਰ ਨੂੰ ਇਕੱਠੇ ਕਰਨ ਦੇ ਵਿੱਚ ਆ, ਅਤੇ ਅਖੀਰ 'ਚ ਉਹ ਕੀ ਕਹਿੰਦੇ ਆ, ਉਹ ਨਹੀਂ ਕਹਿੰਦੇ ਵੀ ਮੈਂ ਇਹ ਕੰਮ ਕੀਤਾ, ਉਹ ਕੀ ਕਹਿੰਦੇ ਆ, ਤੇਰਾ ਕੀਤਾ ਜਤੋਂ ਨਾਈ ਮੈਨੂੰ
ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਈ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਮਿਲਿਆ। ਆਖਰੀ ਪੰਕਤੀ ਨਾਨਕ ਨਾਮ ਮਿਲੇ ਤਾਂ ਜੀਵਾਂ ਫਿਰ ਸ਼ਰਤ ਲਾਤੀ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀਵੇ ਹਰਿਆ ਉਸ ਪਰਮਾਤਮਾ ਦੇ ਨਾਮ ਨੂੰ ਇਸ ਰੂਪ ਦੇ ਵਿੱਚ ਇਹ ਵੀ ਨਾ ਹੋ ਮੈਂ ਲਿਆ ਕਿ ਮੈਂ ਹੁਣ ਜਪਜੀ ਦਾ ਪਾਠ ਕਰ ਲਿਆ ਮੈਂ ਪੰਜ ਬਾਣੀਆਂ ਦਾ ਪਾਠ ਕਰ ਲਿਆ ਮੈਂ ਸੁਖਮਣੀ ਸਾਹਿਬ ਦਾ ਪਾਠ ਕਰ ਲਿਆ ਭਾਈ ਤੂੰ ਕਹਿ ਕਿ ਮੇਰੇ ਪਾਸੋਂ ਗੁਰੂ ਨੇ ਪਾਠ ਕਰਵਾ ਲਿਆ ਵਾ ਮੈਂ ਨਹੀਂ ਸੀ ਕਰਨ ਜੋਗਾ ਮੈਨੂੰ ਤਾਂ ਹੋਰ ਹੀ ਝੰਝਟ ਬੜੇ ਸੀ ਪਰ ਮੇਰੇ ਪਾਸੋਂ ਗੁਰੂ ਨੇ ਕਰਵਾ ਲਿਆ ਗੁਰੂ ਨੇ ਮੇਰੇ ਪਾਸੋਂ ਰਾਮ ਰਾਮ ਖਵਾ ਲਿਆ ਗੁਰੂ ਗੁਰੂ ਕਰਵਾ ਲਿਆ ਗੁਰੂ ਕਿਰਪਾ ਕਰੇ ਅਸੀਂ ਗੁਰੂ ਦੇ ਨਾਮ ਦੇ ਨਾਲ ਜੁੜਨ ਦਾ ਯਤਨ ਕਰ ਸਕੀਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰ ਰੂਪ ਸਿੰਘ ਜੀ ਤੁਸੀਂ ਆਪ ਤਾਂ 45-50 ਮਿੰਟ ਤੋਂ ਨਾਮ ਜਪ ਹੀ ਰਹੇ ਸੀ ਸਾਰੀ ਕਲਾਸ ਨੂੰ ਵੀ ਤੁਸੀਂ ਕਿਉਂਕਿ ਮੰਨਣਾ ਇਹ ਹੈ ਕਿ ਜਦੋਂ ਵੀ ਪਰਮਾਤਮਾ ਬਾਰੇ ਗੁਰੂ ਬਾਰੇ ਸ਼ਬਦ ਬਾਰੇ ਕੋਈ ਵਿਚਾਰ ਕਰ ਰਹੇ ਹੋ ਉਹ ਨਾਮ ਸਿਮਰਨ ਹੀ ਹੈ ਨਾਮ ਦੁਰੰਦਰ ਦਾ ਗੀਤ ਹੈ ਔਰ ਪਰਮਾਤਮਾ ਦੇ ਕੰਨਾਂ ਤੱਕ ਉਦੋਂ ਵੀ ਪਹੁੰਚ ਸਕਦਾ ਜਦੋਂ ਹਜ਼ਾਰਾਂ ਆਵਾਜ਼ਾਂ ਦਾ ਚੀਕ ਝਾੜ ਆ ਅਤੇ ਆ ਸ਼ੋਰ ਸ਼ਰਾਬਾ ਪੈ ਰਿਹਾ ਹੋਵੇ ਅਸਲ ਨਾਮ ਜਿਵੇਂ ਸਾਹ ਚੱਲ ਰਿਹਾ ਨਾ ਐਵੇਂ ਪਰਮਾਤਮਾ ਦੀ ਹੋਂਦ ਗੱਲ ਕਰ ਰਹੇ ਸੀ ਦ ਫੀਲਿੰਗ ਆਫ ਦਾ ਐਗਜ਼ਿਸਟੈਂਸ ਆਫ ਗੋਡ ਇਨ ਟੂ ਯੂਅਰ ਸੈਲਫ ਇਜ਼ ਦੇ ਨਾਮ ਤੋ ਜਿਹੜੀ ਨਾਮਦੇਵ ਦੇ ਸ਼ਬਦ ਦੀ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਕਿ ਬੱਚਾ ਚਾਹੇ ਉਹ ਪਤੰਗ ਉਡਾ ਰਿਹਾ ਪਰ ਗੱਲਾਂ ਵੀ ਕਰ ਰਿਹਾ ਜਾਂ ਕਾਰ ਡਰਾਈਵਿੰਗ ਅਸੀਂ ਕਰ ਰਹੇ ਹੁੰਦੇ ਹਾਂ ਸਾਡਾ ਡਰਾਈਵਿੰਗ ਵੀ ਠੀਕ ਕਰ ਰਹੇ ਹਾਂ ਔਰ ਗੱਲ ਵੀ ਅਸੀਂ ਟੈਲੀਫੋਨਾਂ 'ਤੇ ਕਰ ਰਹੇ ਹੁੰਦੇ ਹਾਂ ਅਤੇ ਇਸੇ ਤਰ੍ਹਾਂ ਅਗਰ ਤੁਸੀਂ ਜਿਹੜੀ ਗੁਰੂ ਨਾਨਕ ਸਾਹਿਬ ਦੇ ਮੈਂ ਪਹਿਲੇ ਸ਼ੁਰੂਆਤ ਗੱਲ ਕੀਤੀ ਕਿਰਤ ਕਰੋ ਨਾਮ ਜਪੋ ਵੰਡ ਚੱਕੋ ਬੜਾ ਗਜ਼ਬ ਦਾ ਕੰਸੈਪਟ ਦਿੱਤਾ ਗੁਰੂ ਨਾਨਕ ਨੇ ਕਿ ਕਿਰਤ ਕਰੋ ਵਰਕ ਵਰਕ ਓਨੈਸਟਲੀ ਵਰਕ ਵਰਕ ਫਾਰ ਦਾ ਬੈਨੀਫਿਟ ਆਫ ਯੂਅਰ ਫੈਮਿਲੀ ਫਾਰ ਦਾ ਬੈਨੀਫਿਟ ਆਫ ਯੂਅਰ ਸੁਸਾਇਟੀ ਫਾਰ ਦਾ ਬੈਨੀਫਿਟ ਆਫ ਯੂਅਰ ਕੰਟਰੀ ਨਾਮ ਜਪੋ ਜੇ ਰੱਬ ਨੂੰ ਯਾਦ ਕਰਦੇ ਹੋਏ ਕਿਰਤ ਕਰੋਗੇ ਤੁਹਾਡੀ ਕਿਰਤ ਵੀ ਜਿਹੜੀ ਹੈ ਓਨੈਸਟਲੀ ਹੋਏਗੀ ਫਿਰ ਵੰਡ ਛਕੋ ਸਪੇਸ ਫਾਰ ਆਲ ਕਿ ਸਭ ਵਿੱਚ ਉਹ ਵੰਡਣਾ ਹੈ ਤਾਂ ਵੰਡ ਨਾਮ ਵੀ ਛਪੋ ਸਿਰਫ ਲੰਗਰ ਨਹੀਂ ਛਕਣਾ ਤਾਂ ਨਾਮ ਰੂਪੀ ਸੰਗੀਤ ਸਾਡੇ ਸਭ ਦੇ ਅੰਦਰ ਵੱਜ ਰਿਹਾ ਲੇਕਿਨ ਇਹ ਜਿਹੜਾ ਬਾਹਰਲਾ ਦੁਨਿਆਵੀ ਸ਼ੋਰ ਸ਼ਰਾਬਾ ਹੈ ਉਸ ਕਰਕੇ ਅਸੀਂ ਸੁਣ ਨਹੀਂ ਪਾ ਰਹੇ ਔਰ ਇਹਨੂੰ ਸੁਣ ਉਹ ਪਾਏਗਾ ਜਿਹੜਾ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਏਗਾ ਤਾਂ ਬਾਣੀ ਔਰ ਗੁਰਮਤ ਅਨੁਸਾਰ ਮੌਤ ਆਖਾਂ ਜੀਵਾਂ ਜੇ ਰੱਬ ਨੂੰ ਯਾਦ ਰੱਖੋਗੇ ਤਾਂ ਜਿਉਂਦੇ ਹੋ ਜੇ ਬਿਲਕੁਲ ਰੱਬ ਨੂੰ ਮਾਨੇ 'ਚ ਨਹੀਂ ਰੱਖਿਆ ਤਾਂ ਫਿਰ ਇੱਕ ਚਲਦੀਆਂ ਫਿਰਦੀਆਂ ਲਾਸ਼ਾਂ ਹੋ ਤਾਂ ਇਹ ਅੱਜ ਨਾਮ ਸਿਮਰਨ ਦਾ ਕੰਸੈਪਟ ਜਿਹੜਾ ਸੀ ਬੜਾ ਇੰਪੋਰਟੈਂਟ